ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸੇ ਸੰਤ ਜਿਹੜੇ ਨੇ, ਜਿਹੜੇ ਕਹਿੰਦੇ ਨੇ ਭਗਤ ਰਵਿਦਾਸ ਨੇ, ਗੁਰੂ ਰਵਿਦਾਸ ਕਹੋ, ਉਹਨਾਂ ਸੰਤਾਂ ਵੱਲੋਂ ਇੱਕ ਚਿੱਠੀ ਲਿਖ ਕੇ ਅਕਾਲ ਤਖਤ ਸਾਹਿਬ 'ਤੇ ਭੇਜੀ ਹੈ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਗਿਆ ਕਿ ਜਿਹੜੇ ਮੰਜੀ ਹਾਲ ਵਿਖੇ ਕਥਾਵਾਚਕ ਕਥਾ ਕਰਦੇ ਨੇ, ਜਾਂ ਸਮੁੱਚੀ ਕੌਮ ਦੇ ਰਾਗੀ ਢਾਡੀ ਕਥਾਵਾਚਕ ਕਵੀਸ਼ਰ ਜਿਹੜੇ ਬਾਣੀ ਦਾ ਪ੍ਰਚਾਰ ਕਰਦੇ ਨੇ, ਇਤਿਹਾਸ ਦਾ ਪ੍ਰਚਾਰ ਕਰਦੇ ਨੇ ਸਿੱਖ ਕੌਮ ਦਾ, ਕਹਿੰਦੇ ਉਹ ਸਾਰੇ ਭਗਤ ਨਾ ਕਹਿਣ, ਗੁਰੂ ਰਵਿਦਾਸ ਮਹਾਰਾਜ ਕਹਿਣ, ਇਹ ਹੁਕਮਨਾਮਾ ਜਾਰੀ ਕੀਤਾ। ਮੈਂ ਇਹਦੇ 'ਤੇ ਅੱਜ ਆਪਣੇ ਵਿਚਾਰ ਸੰਗਤਾਂ ਦੇ ਸਨਮੁੱਖ ਕਰਨੀ ਹੈ। ਥੋੜ੍ਹਾ ਜਿਹਾ ਸਮਝਿਓ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ 35 ਮਹਾਂਪੁਰਖ ਨੇ, 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 3 ਗੁਰਸਿੱਖ ਨੇ। ਇਹ 35 ਮਹਾਂਪੁਰਖ ਨੇ। ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈਗੀ ਆ, ਆਪਸ ਵਿੱਚ ਮਿਲਦੀ ਹੈ। ਸਿਧਾਂਤਕ ਤੌਰ 'ਤੇ ਇਹਨਾਂ ਦੀ ਵਿਚਾਰਧਾਰਾ ਇੱਕ ਹੈ। ਕਬੀਰ ਸਾਹਿਬ ਦਾ ਇੱਕ ਪਾਵਨ ਸਲੋਕ ਹੈ, ਉਹਦੇ ਵਿੱਚ ਉਹ ਕਹਿੰਦੇ ਨੇ, ਹਰ ਸੋ ਹੀਰਾ ਛਾੜਕੈ ਕਰੈ ਅੰਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤਿ ਭਖ ਹੈ ਰਵਿਦਾਸ। ਹੁਣ ਉੱਥੇ ਇਹ ਸ਼ਬਦ ਤੋਂ, ਇਹ ਸਲੋਕ ਤੋਂ ਸਾਨੂੰ ਸਮਝ ਮਿਲਦੀ ਹੈ ਕਿ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਇੱਕ ਹੈ, ਉਹਦੇ ਵਿੱਚ ਕੋਈ ਫਰਕ ਨਹੀਂ। ਜਿਨ੍ਹਾਂ ਨੇ ਇਹ ਹੁਕਮਨਾਮਾ ਲਿਖ ਕੇ ਭੇਜਿਆ, ਉਹ ਇਹੀ ਮੰਨਦੇ ਨੇ ਕਿ ਸਾਡੇ ਜਿਹੜੇ ਐਸੇ ਸੰਤ ਨੇ, ਇਹਨਾਂ ਵੱਲੋਂ ਹੁਕਮਨਾਮਾ। ਪਹਿਲਾਂ ਇਹ ਦੱਸੋ ਵੀ ਅੱਜ ਤੱਕ ਅਕਾਲ ਤਖ਼ਤ 'ਤੇ ਕੋਈ ਫੈਸਲਾ ਉਹਨਾਂ ਨੇ ਕਲੀਅਰ ਕੀਤਾ? ਅੱਜ ਤੱਕ ਕੋਈ ਸਟੈਂਡ ਲੈ ਕੇ ਉਹਨਾਂ ਨੇ ਫੈਸਲਾ ਕੀਤਾ ਅਕਾਲ ਤਖ਼ਤ 'ਤੇ? ਅੱਜ ਤੱਕ ਕੋਈ ਵੀ ਨਹੀਂ, ਸਾਰੇ ਪੈਂਡਿੰਗ ਪਏ ਹੈ, ਲਟਕ ਰਹੇ ਵਿਚਾਲੇ, ਕੋਈ ਫੈਸਲਾ ਅਕਾਲ ਤਖ਼ਤ 'ਤੇ ਉਹ ਕਰ ਨਹੀਂ ਸਕੇ। ਦੂਜੀ ਗੱਲ ਇੱਕ ਹੋਰ ਕਹਿਣੀ ਹੈ, 15 ਭਗਤਾਂ ਨੂੰ ਬਾਣੀ ਦੇ ਵਿੱਚ ਭਗਤ ਕਿਹਾ, ਉਹਨਾਂ ਨੇ ਆਪ ਹੀ ਆਪਣੀ ਜ਼ੁਬਾਨ ਤੋਂ ਭਗਤ ਸ਼ਬਦ ਵਰਤਿਆ, ਜਿਹੜੀ ਰਚਨਾ ਹੈ ਉਹਨਾਂ ਦੀ 15 ਭਗਤਾਂ ਦੀ। ਜਿਨ੍ਹਾਂ ਨੇ ਇਹ ਚਿੱਠੀ ਲਿਖੀ ਹੈ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਤੁਸੀਂ ਕਿਸੇ 'ਤੇ ਇਹ ਵਿਚਾਰਧਾਰਾ ਥੋਪ ਨਹੀਂ ਸਕਦੇ। ਤੁਸੀਂ ਤਾਂ ਸਿੱਧੇ ਕਹਿਤਾ ਕਿ ਕਹੋ, ਭਗਤ ਨਹੀਂ ਕਹਿਣਾ, ਗੁਰੂ ਕਹੋ, ਸਿੱਧੇ ਹੀ ਕਹਿਤਾ। ਇੱਦਾਂ ਕਹਿੰਦੇ ਇਹ ਵਿਚਾਰਧਾਰਾ ਥੋਪੀ ਨਹੀਂ ਜਾ ਸਕਦੀ। ਤੁਸੀਂ ਜਦੋਂ ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਪੜ੍ਹੋਗੇ, ਉਹਨਾਂ ਦੇ 40 ਸ਼ਬਦਾਂ ਵਿੱਚੋਂ ਮੈਂ ਇੱਕ ਸ਼ਬਦ ਸਾਂਝਾ ਕਰਨਾ, ਉਹਦੀਆਂ ਪਹਿਲੀਆਂ 2 ਤੁਕਾਂ। ਉਹ ਕਹਿੰਦੇ ਨੇ, ਕੂਪ ਭਰਿਓ ਜੈਸੇ ਦਾਦਰਾ, ਕਸ਼ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਸ ਆਰਾ ਪਾਰ ਨਾ ਸੂਝ। ਹੁਣ ਦਾਦਰਾ ਤੋਂ ਭਾਵ ਹੈ ਡੱਡੂ, ਕੂਪ ਤੋਂ ਭਾਵ ਹੈ ਖੂਹ। ਜਿਵੇਂ ਕਹਿੰਦੇ ਖੂਹ ਦੇ ਡੱਡੂ ਨੂੰ ਖੂਹ ਦੇ ਪਾਣੀ ਬਾਰੇ ਪਤਾ ਹੈ, ਕਸ਼ ਦੇਸ਼ ਵਿਦੇਸ਼ ਨਾ ਬੂਝ, ਬਾਹਰ ਕੀ ਹੈ ਔਰ ਉਹਦੀ ਜਿਹੜੀ ਆਪਣੀ ਸੋਚ ਸਮਝ ਹੈ ਉਹ ਖੂਹ ਤੱਕ ਸੀਮਤ ਹੈ, ਬਾਹਰ ਵੀ ਦੁਨੀਆ ਵੱਸਦੀ ਹੈ, ਬਾਹਰ ਵੀ ਪਾਣੀ ਹੈਗਾ, ਉਹ ਡੱਡੂ ਨੂੰ ਪਤਾ ਨਹੀਂ। ਅਤੇ ਸਾਡੀ ਸੋਚ ਵੀ ਕਿਤੇ ਇੱਥੇ ਖੜ੍ਹੀ ਆ, ਅਸੀਂ ਵੀ ਦਾਇਰੇ ਵਿੱਚ ਸੀਮਤ ਹਾਂ, ਸਾਡੇ ਕੋਲ ਖੁੱਲ੍ਹ ਦਿਲੀ ਹੈ ਨਹੀਂ, ਵਿਸ਼ਾਲਤਾ ਹੈ ਨਹੀਂ। ਦੂਜੀ ਗੱਲ, ਇੱਥੇ ਗੱਲ ਗੁਰੂ ਦੀ ਜਾਂ ਭਗਤ ਦੀ ਨਹੀਂ ਹੈਗੀ,
ਗੱਲ ਇੱਥੇ ਮੰਨਣ ਦੀ ਹੈ। ਜਿਹੜੇ ਗੁਰੂ ਕਹਿੰਦੇ ਨੇ ਉਹ ਵੀ ਨਹੀਂ ਮੰਨਦੇ, ਜਿਹੜੇ ਭਗਤ ਕਹਿੰਦੇ ਨੇ ਮੰਨਦੇ ਉਹ ਵੀ ਨਹੀਂ। ਅਨਪੜ੍ਹ ਲਾਣਾ ਇੱਥੇ ਇਕੱਠਾ ਹੋਇਆ, ਜਿਨ੍ਹਾਂ ਨੇ ਬਾਣੀ ਦੀ ਰਚਨਾ ਕੀਤੀ ਹੈ, ਭਾਵੇਂ ਗੁਰੂ ਸਾਹਿਬਾਨ ਨੇ, ਭਾਵੇਂ ਭਗਤ ਸਾਹਿਬਾਨ ਨੇ, ਭਾਵੇਂ ਪਾਠ ਸਾਹਿਬਾਨ ਨੇ, ਭਾਵੇਂ ਚਾਰ ਤਿੰਨ ਗੁਰਸਿੱਖ ਨੇ, ਕੀ ਉਹ ਅਨਪੜ੍ਹ ਸੀ? ਜੇ ਇਸ ਵਕਤ ਕਿਸੇ ਦੀ PhD ਕੀਤੀ ਹੈ ਨਾ, ਤਾਂ ਉਹਨਾਂ ਦੀ ਉਸ ਵਕਤ PhD ਦੇ ਨਾਲੋਂ ਵੱਡੀ ਸਟੱਡੀ ਹੈ, ਉਦੋਂ ਜ਼ਿਆਦਾ ਪੜ੍ਹੇ ਲਿਖੇ ਨੇ। ਜਿਹੜੀ ਬਾਣੀ ਰਚੀ ਨੇ, ਰਚੀ ਹੈ ਜਿਨ੍ਹਾਂ ਨੇ, ਉਹ ਆਮ ਨਹੀਂ ਸੀ, ਬਹੁਤ ਪੜ੍ਹੇ ਲਿਖੇ ਸੀ। ਸਾਡੇ ਤਾਂ ਇਹਨਾਂ ਅਨਪੜ੍ਹ ਲਾਣੇ ਨੇ ਬਾਬੇ ਨਾਨਕ ਨੂੰ ਵੀ ਕਹਿਤਾ ਕਿ ਬਾਬਾ ਨਾਨਕ ਕਿਹੜੀ ਯੂਨੀਵਰਸਿਟੀ ਵਿੱਚ ਪੜ੍ਹ ਕੇ ਆਇਆ ਸੀ। ਮੈਂ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਗੁਰੂ ਕਹਿੰਦਾ ਕਹਿ ਲਓ, ਜਿਹੜਾ ਭਗਤ ਕਹਿੰਦਾ ਕਹਿ ਲਓ, ਨਾ ਸਾਨੂੰ ਹੱਕ ਹੈ ਕਿ ਅਸੀਂ ਕਿਸੇ ਨੂੰ ਧੱਕੇ ਨਾਲ ਕਹੀਏ ਤੁਸੀਂ ਭਗਤ ਕਹੋ, ਨਾ ਸਾਨੂੰ ਹੱਕ ਹੈ ਅਸੀਂ ਕਿਸੇ ਨੂੰ ਧੱਕੇ ਨਾਲ ਕਹੀਏ ਤੁਸੀਂ ਗੁਰੂ ਕਹੋ। ਗੱਲ ਤਾਂ ਮੰਨਣ ਦੀ ਹੈ। ਮੈਂ ਇੱਕ ਬੇਨਤੀ ਕਰਨੀ ਹੈ, ਜਿਹੜੇ ਕਹਿੰਦੇ ਭਗਤ ਨੇ ਗੁਰੂ ਕਹਿਣਾ, ਆ ਜਿਹੜੀ ਮੈਂ ਇੱਕ ਮੀਟਿੰਗ ਦੇਖੀ ਹੈ, ਪ੍ਰੋਗਰਾਮ ਦੇਖੇ, ਜਿਹਦੇ ਵਿੱਚ ਉਹ ਹੁਕਮਨਾਮਾ ਜਾਰੀ ਕਰਦੇ ਆ, ਵੱਡੇ ਵੱਡੇ ਪ੍ਰਚਾਰਕ ਬੋਲਦੇ ਆ, ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਜਿਹੜੀਆਂ ਤੁਸੀਂ ਫੋਟੋਆਂ ਵਾਇਰਲ ਕਰਦੇ ਹੋ ਭਗਤ ਜੀ ਦੀਆਂ, ਉਹ ਤਾਂ ਉਹਨਾਂ ਦੇ ਵਾਲ ਪਿੱਛੇ ਲਟਕਦੇ ਨੇ ਅਤੇ ਸਿਰ ਤੋਂ ਉਹ ਨੰਗੇ ਨੇ, ਸਿਰ 'ਤੇ ਦਸਤਾਰ ਨਹੀਂ ਹੈਗੀ। ਜੇ ਤੁਸੀਂ ਉਹਨਾਂ ਦੀ ਗੱਲ ਮੰਨਦੇ ਹੋ, ਉਹਨਾਂ ਨੂੰ ਕਾਪੀ ਕਰਦੇ ਹੋ, ਕੀ ਤੁਸੀਂ ਨੰਗੇ ਸਿਰ ਬਾਣੀ ਪੜ੍ਹੋਗੇ? ਤੁਸੀਂ ਤਾਂ ਦਸਤਾਰਾਂ ਸਜਾਈਆਂ ਹੋਈਆਂ, ਪੱਗਾਂ ਬੰਨੀਆਂ ਹੋਈਆਂ, ਤੁਸੀਂ ਗੋਲ ਪਰਨੇ ਬੰਨੇ ਹੋਏ ਨੇ, ਗਲ ਵਿੱਚ ਹਜ਼ੂਰੀ ਪਾਏ ਹੋਏ ਨੇ। ਜੇ ਫਿਰ ਉਹਨਾਂ ਦੀ ਰੀਸ ਕਰਨੀ ਹੈ, ਫਿਰ ਕੇਸ ਖੁੱਲ੍ਹੇ ਛੱਡੋ, ਤੁਸੀਂ ਕਿਉਂ ਦਸਤਾਰਾਂ ਬੰਨੀਆਂ ਨੇ? ਜਿਹੜਾ ਕਹਿੰਦਾ ਵੀ ਮੈਂ ਭਗਤ ਰਵਿਦਾਸ ਨੂੰ ਗੁਰੂ ਕਹਿੰਦਾ, ਫਿਰ ਗੁਰੂ ਰਵਿਦਾਸ ਦੀ ਤਾਂ ਜਿਹੜੀ ਦਿੱਖ ਹੈਗੀ ਹੈ, ਜਿਹੜਾ ਚਿਹਰਾ ਹੈਗਾ, ਉਹ ਦਾੜ੍ਹੀ ਖੁੱਲ੍ਹੀ ਹੈ, ਕੇਸ ਪਿੱਛੇ ਛੱਡੇ ਹੋਏ ਨੇ। ਫਿਰ ਅੱਜ ਕੇਸ ਖੁੱਲ੍ਹੇ ਛੱਡ ਕੇ ਬਾਣੀ ਪੜ੍ਹੋ, ਜੇ ਪੂਰੇ ਕਾਪੀ ਕਰਨਾ ਉਹਨਾਂ ਨੂੰ। ਹੁਣ ਜਿਹੜੀ ਮੈਂ ਗੱਲ ਕਹਿਣੀ ਹੈ ਨਾ, ਇਹ ਦੋਨੇ ਪਾਸੇ ਮਿਰਚਾਂ ਲੱਗਣੀਆਂ ਨੇ। ਮੈਨੂੰ ਕੋਈ ਮਤਲਬ ਨਹੀਂ ਕੋਈ ਗੁਰੂ ਕਹਿੰਦਾ ਕੋਈ ਭਗਤ ਕਹਿੰਦਾ, ਮੈਂ ਭਗਤ ਕਹਿੰਦਾ, ਮੈਂ ਕਿਸੇ ਦੇ ਕਹਿਣ ਮੁਤਾਬਕ ਨਹੀਂ ਕਹਿੰਦਾ। ਅਸੀਂ ਗੁਰੂ ਆਸੇ ਮੁਤਾਬਕ, ਜਿਹੜਾ ਗੁਰੂ ਸਾਹਿਬ ਦਾ ਫਲਸਫਾ ਹੈਗਾ, ਜਿਹੜੀ ਬਣਤਰ ਬਾਣੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਹੈ, ਉਹਦੇ ਮੁਤਾਬਕ ਅਸੀਂ ਭਗਤ ਕਹਿੰਦੇ ਹਾਂ। ਕੀ ਕਿਸੇ ਦੀ ਹਿੰਮਤ ਹੈ ਮੇਰੇ ਕੋਲੋਂ ਕੋਈ ਧੱਕੇ ਨਾ ਕਹੇ ਤੂੰ ਗੁਰੂ ਕਹਿ? ਬਿਲਕੁਲ ਨਹੀਂ ਕਹਿੰਦੇ। ਕਿਸੇ ਦੀ ਹਿੰਮਤ ਹੈ ਕੋਈ ਕਹੇ ਤੂੰ ਭਗਤ ਕਹਿ? ਬਿਲਕੁਲ ਨਹੀਂ ਕਹਿੰਦੇ। ਅਸੀਂ ਕਿਸੇ ਤੋਂ ਕਿਉਂ ਪੁੱਛਣਾ? 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, 31 ਰਾਗਾਂ ਦੇ ਸਾਹਮਣੇ ਮੂਲ ਮੰਤਰ ਰੱਖਿਆ ਹੋਇਆ ਗੁਰਪ੍ਰਸਾਦ ਤੱਕ। ਜਪਜੀ ਸਾਹਿਬ ਦੇ ਵਿੱਚ ਜਿਹੜਾ ਆਦਿ ਸੱਚ ਜਗਾਦ ਸੱਚ ਸਲੋਕ ਲਾਇਆ ਹੋਇਆ ਪਹਿਲਾਂ, ਅਤੇ ਇੱਥੇ ਵੀ ਵਾਦ ਵਿਵਾਦ ਚੱਲਦਾ ਕਿ ਕੋਈ ਕਹਿੰਦਾ ਨਾਨਕ ਹੋਸੀ ਪੀ ਤੱਕ ਮੂਲ ਮੰਤਰ ਹੈ, ਕੋਈ ਕਹਿੰਦਾ ਗੁਰਪ੍ਰਸਾਦ ਤੱਕ ਹੈ। ਜਿਹੜੇ ਕਹਿੰਦੇ ਨੇ ਨਾਨਕ ਹੋਸੀ ਪੀ ਤੱਕ ਹੈ, ਉਹ ਕਹਿਣਗੇ ਜੀ ਦਰਬਾਰ ਸਾਹਿਬ ਦੇ ਸਾਹਮਣੇ ਲਿਖਿਆ ਹੋਇਆ ਨਾਨਕ ਹੋਸੀ ਪੀ ਤੱਕ। ਕਮਾਲ ਹੋ ਗਈ, ਜਿਹੜਾ ਮੂਲ ਮੰਤਰ ਰਾਗਾਂ ਦੇ ਮੂਹਰੇ ਪਿਆ ਗੁਰਪ੍ਰਸਾਦ ਤੱਕ, ਉਹਨੂੰ ਅਸੀਂ ਮੰਨਣਾ ਨਹੀਂ। ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਮੂਲ ਮੰਤਰ ਲਿਖਿਆ ਹੈ, ਉਹ ਤਾਂ ਉਦੋਂ ਲਿਖਿਆ ਗਿਆ ਜਦੋਂ ਮਹਾਰਾਜ ਰਣਜੀਤ ਸਿੰਘ ਨੇ ਸੋਨਾ ਲਵਾਇਆ ਦਰਬਾਰ ਸਾਹਿਬ 'ਤੇ, ਉਦੋਂ ਲਿਖਿਆ ਗਿਆ।
ਅਸੀਂ ਦਰਬਾਰ ਸਾਹਿਬ ਦੇ ਮੂਹਰੇ ਲਿਖਿਆ ਕਿਉਂ ਪੜ੍ਹੀਏ ਬਾਈ, ਕਿਉਂ ਮੰਨੀਏ ਬਾਈ? ਅੱਜ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਮੂਲ ਮੰਤਰ ਗੁਰਪ੍ਰਸਾਦ ਤੱਕ 31 ਰਾਗਾਂ ਦੇ ਸਾਹਮਣੇ, ਉਹ ਦੇਖਣਾ। ਮੇਰਾ ਕਹਿਣ ਤੋਂ ਮਤਲਬ ਇਹ ਹੈਗਾ, ਤੁਸੀਂ ਕਿਸੇ 'ਤੇ ਥੋਪ ਨਹੀਂ ਸਕਦੇ ਕਿ ਭਗਤ ਕਹਿਣਾ ਜਾਂ ਗੁਰੂ ਕਹਿਣਾ। ਗੁਰੂ ਗ੍ਰੰਥ ਸਾਹਿਬ ਤੋਂ ਪੁੱਛਣਾ ਅਸੀਂ, ਸਮੁੱਚੀ ਬਾਣੀ ਗੁਰੂ ਹੈ। ਜੇ ਸਮੁੱਚੀ ਬਾਣੀ ਗੁਰੂ ਹੈ ਫਿਰ ਸਾਰੇ ਗੁਰੂ ਬਣ ਗਏ, ਇਕੱਲੇ ਇਕੱਲੇ ਨੂੰ ਗੁਰੂ ਕਿਉਂ ਕਹਿਣਾ ਬਈ ਅਸੀਂ? ਇਹਦਾ ਮਤਲਬ ਫਿਰ 35 ਗੁਰੂ ਨੇ। ਜਿਹੜਾ ਕੋਈ ਮਨੁੱਖ ਆਪਣੇ ਜੀਵਨ ਵਿੱਚ ਕਿਸੇ ਨੂੰ ਉਸਤਾਦ ਧਾਰਦਾ, ਕਿਸੇ ਨੂੰ ਗੁਰੂ ਮੰਨਦਾ, ਉਹਦੇ ਗੁਰੂ 35 ਹੁੰਦੇ ਆ। ਇਹ ਕੋਈ ਇੱਥੇ ਯਕੀਨ ਕਰੂਗਾ? ਸ਼ਬਦ ਗੁਰੂ ਹੈ, ਉਹ ਸ਼ਬਦ ਭਾਵੇਂ ਭਗਤ ਰਵਿਦਾਸ ਦੀ ਰਚਨਾ ਹੋਵੇ, ਭਾਵੇਂ ਭੱਟਾਂ ਦੀ ਹੋਵੇ, ਭਾਵੇਂ ਆਦਿ ਗੁਰਸਿੱਖਾਂ ਦੀ ਹੋਵੇ, ਅਤੇ ਭਾਵੇਂ ਗੁਰੂ ਸਾਹਿਬਾਨ ਦੀ ਹੋਵੇ। ਸ਼ਬਦ ਗੁਰੂ ਹੈ, ਸਮੁੱਚੀ ਬਾਣੀ ਗੁਰੂ ਹੈ। ਅਸੀਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਸ਼ਬਦ ਨੂੰ ਗੁਰੂ ਮੰਨਦੇ ਹਾਂ। ਹੁਣ ਜਿਹੜੀ ਮੈਂ ਗੱਲ ਕਹਿਣੀ, ਦੋਨੇ ਪਾਸੇ ਮਿਰਚਾਂ ਲੱਗਣੀਆਂ ਨੇ। ਇਹ ਸਿੰਘਣੀ ਪਤਾ ਕਿਉਂ ਛੇੜੀ ਗਈ ਹੈ? ਇੱਥੇ ਜਾਤੀ ਤੌਰ 'ਤੇ ਹੈ। ਜੇ ਕੋਈ ਭਗਤ ਰਵਿਦਾਸ ਦਾ ਜਨਮ ਦਿਹਾੜਾ ਮਨਾਉਂਦਾ, ਉਹ ਗੁਰੂ ਕਰਕੇ ਨਹੀਂ ਮਨਾਉਂਦਾ, ਉਹ ਜਿਹੜੀ ਉਹਨਾਂ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਹੈ ਉਹਦੇ ਕਰਕੇ ਨਹੀਂ ਮਨਾਉਂਦਾ, ਉਹ ਜਾਤੀ ਤੌਰ 'ਤੇ ਮਨਾਉਂਦਾ ਕਿ ਸਾਡਾ ਗੁਰੂ ਹੈ, ਅਸੀਂ ਚਮਾਰ ਹਾਂ, ਸਾਡਾ ਗੁਰੂ ਹੈ ਭਗਤ ਰਵਿਦਾਸ, ਅਸੀਂ ਤਾਂ ਮਨਾ ਰਹੇ ਹਾਂ। ਹੁਣ ਜਿਹੜੇ ਜੱਟ ਧੰਨੇ ਭਗਤ ਦਾ ਜਨਮ ਦਿਹਾੜਾ ਮਨਾਉਂਦੇ ਆ, ਉਹ ਤਾਂ ਮਨਾਉਂਦੇ ਆ ਵੀ ਉਹਨਾਂ ਦੀ ਵਿਚਾਰ ਨੂੰ ਮੰਨਦੇ? ਬਿਲਕੁਲ ਨਹੀਂ। ਉਹ ਕਹਿੰਦੇ ਸਾਡਾ ਗੁਰੂ ਹੈ, ਅਸੀਂ ਜੱਟ ਹਾਂ। ਜਾਤੀ ਤੌਰ ਦਾ ਜਿਹੜਾ ਕਿੱਲਾ ਬੜਿਆ ਹੋਇਆ ਨਾ ਸਾਡੀ ਧੌਣ ਦੇ ਵਿੱਚ, ਪ੍ਰੋਬਲਮ ਤਾਂ ਇਹ ਹੈ। ਗੁਰੂ ਸਾਹਿਬ ਨੇ ਤਾਂ ਜਾਤਾਂ ਪਾਤਾਂ ਮਿਟਾ ਕੇ ਇੱਕ ਹੁਨਰ ਦਿਖਾਇਆ ਸੀ ਵੀ ਇੱਥੇ ਜਾਤਾਂ ਪਾਤਾਂ ਦੇ ਨਾਲ ਕੋਈ ਮਤਲਬ ਨਹੀਂ, ਬੰਦੇ ਦਾ ਹੁਨਰ ਚਾਹੀਦਾ, ਉਹਦੀ ਯੋਗਤਾ ਚਾਹੀਦੀ ਹੈ। ਸਾਨੂੰ ਗੁਰੂ ਸਾਹਿਬ ਨੇ ਸਭ ਨੂੰ ਇਕੱਠੇ ਕੀਤਾ, ਇੱਕ ਸੰਗਤ ਇੱਕ ਪੰਗਤ ਵਿੱਚ ਬਹਾਇਆ, ਪਰ ਅਸੀਂ ਸਮਝ ਨਹੀਂ ਸਕਦੇ। ਅਸੀਂ ਵੱਖ ਹੋ ਕੇ ਆਪੋ ਆਪਣਾ ਜਲੂਸ ਕਢਾਉਣਾ, ਕਢਾਓ। ਮੈਂ ਬੇਨਤੀ ਕਰਦਾ, ਜਿਹੜਾ ਵੀ ਬੰਦਾ ਇਹ ਥੋਪਣ ਦੀ ਕੋਸ਼ਿਸ਼ ਕਰਦਾ ਕਿ ਗੁਰੂ ਕਹੋ, ਮੈਂ ਉਹਨੂੰ ਕਹਿਣਾ ਇਹ ਤੇਰੀ ਵਿਚਾਰਧਾਰਾ ਹੋ ਸਕਦੀ ਹੈ, ਅਸੀਂ ਤੇਰੇ ਗੁਲਾਮ ਨਹੀਂ ਹੈਗੇ। ਜੇ ਕੋਈ ਇਹ ਥੋਪੇ ਧੱਕੇ ਨਾਲ ਕੇ ਗੁਰੂ ਕਹੋ ਜਾਂ ਭਗਤ ਕਹੋ, ਅਸੀਂ ਨਹੀਂ ਮੰਨਦੇ। ਅਸੀਂ ਕਿਸੇ ਬੰਦੇ ਦੀ ਗੱਲ ਕਿਉਂ ਮੰਨੀਏ ਬਈ? ਅਸੀਂ ਗੱਲ ਮੰਨਣੀ ਹੈ ਗੁਰੂ ਗ੍ਰੰਥ ਸਾਹਿਬ ਦੀ। ਮੈਂ ਜਿਹੜੀ ਲਾਸਟ ਬੇਨਤੀ ਕੀਤੀ ਹੈ ਥੋੜ੍ਹਾ ਜਿਹਾ ਗੌਰ ਕਰ ਲਿਓ, ਗੱਲ ਮੰਨਣ ਦੀ ਹੈ। ਜਿਹੜੇ ਮੰਨਦੇ ਨੇ ਉਹ ਗੁਰੂ ਕਹਿਣ ਤਾਂ ਵੀ ਠੀਕ ਹੈ, ਭਗਤ ਕਹਿਣ ਤਾਂ ਵੀ ਠੀਕ ਹੈ, ਜਿਹੜੇ ਮੰਨਦੇ ਨਹੀਂ ਉਹ ਜੋ ਮਰਜ਼ੀ ਕਹੀ ਜਾਣ, ਕੋਈ ਮਤਲਬ ਨਹੀਂ। ਸਭ ਤੋਂ ਵੱਡੀ ਗੱਲ, ਜਾਤੀਵਾਦ ਦਾ ਕਿੱਲਾ ਸਾਡੀ ਧੌਣ ਵਿੱਚ ਅੜਿਆ ਹੋਇਆ, ਉਹਦੇ ਕਰਕੇ ਇਹ ਪ੍ਰੋਬਲਮਾਂ ਪੈਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।